ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇੱਕ ਵਾਰ ਫੇਰ ਦੁਹਰਾਇਆ ਕਿ ਐਸਜੀਪੀਸੀ ਦੇ ਜ਼ਰੀਏ ਪਿਛਲੇ ਸਾਲ ਜੋ ਨਿਯੁਕਤੀਆਂ ਹੋਈਆਂ ਉਹਨਾਂ ਵਿੱਚ ਕਮੀਆਂ ਸਨ, ਜਿਸ ਦੀ ਜਾਂਚ ਚੱਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਐਸਜੀਪੀਸੀ ਸਾਰੇ ਕੰਮਾਂ ਅਤੇ ਖਾਸ ਕਰਕੇ ਨਿਯੁਕਤੀਆਂ 'ਤੇ ਪੂਰੀ ਪਾਰਦਰਸ਼ਤਾ ਲਿਆਏਗੀ ਅਤੇ ਜੋ ਵੀ ਹੋਏਗਾ ਉਹ ਕਾਨੂੰਨ ਅਨੁਸਾਰ ਹੋਏਗਾ। ਲੌਂਗੋਵਾਲ ਨੇ ਸੁਲਤਾਨਪੁਰ ਲੋਧੀ ਵਿੱਚ 550ਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਸਮਾਰੋਹ ਨੂੰ ਲੈ ਕੇ ਕੇਂਦਰ ਅਤੇ ਪ੍ਰਦੇਸ਼ ਸਰਕਾਰ ਨੂੰ ਐਸਜੀਪੀਸੀ ਦੇ ਸਹਿਯੋਗ ਨਾਲ ਕੰਮ ਕਰਨ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਐਸਜੀਪੀਸੀ ਆਪਣੇ ਪੱਧਰ 'ਤੇ ਸ਼ਤਾਬਦੀ ਸਮਾਰੋਹ ਦੇ ਲਈ ਕਾਰਜ ਕਰ ਰਹੀ ਹੈ ਅਤੇ ਉਸਦੇ ਲਈ ਸੁਲਤਾਨਪੁਰ ਲੋਧੀ ਵਿੱਚ ਇੱਕ ਮਲਟੀ ਸਪੈਸ਼ਲਿਸਟ ਹਸਪਤਾਲ ਦੀ ਮੰਗ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਲੌਂਗੋਵਾਲ ਸੁਲਤਾਨਪੁਰ ਲੋਧੀ ਵਿੱਚ ਖਾਲਸਾ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਇਹ ਸੁਲਤਾਨਪੁਰ ਲੋਧੀ ਦੀ ਇੱਕ ਮਹਾਨ ਧਰਤੀ ਹੈ ਜਿੱਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਪਣੇ ਮੁਬਾਰਕ ਚਰਨ ਪਏ ਔਰ 14 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਸੀ ਉਹਨਾਂ ਨੇ ਇੱਥੇ ਬਤੀਤ ਕੀਤਾ। ਦੇਖੋ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਭ ਦੇ ਸਾਂਝੇ ਗੁਰੂ ਹੋਏ ਨੇ। ਉਹਨਾਂ ਦਾ ਮਿਸ਼ਨ ਸਾਰਿਆਂ ਵਾਸਤੇ ਸੀ, ਸਰਬੱਤ ਦਾ ਭਲਾ, ਜਾਤ ਪਾਤ ਖਤਮ ਕਰਨੀ, ਛੂਤਛਾਤ। ਇਹ ਮੈਂ ਸਮਝਦਾ ਕਿ ਸਾਨੂੰ ਉਹਨਾਂ ਦੀ ਜਿਹੜੀ 550 ਸਾਲਾ ਸ਼ਤਾਬਦੀ ਆ ਰਹੀ ਹੈ, ਸਾਨੂੰ ਸਾਰਿਆਂ ਨੂੰ ਮਿਲ ਕੇ ਮਨਾਉਣੀ ਚਾਹੀਦੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਤਾਂ ਬਹੁਤ ਵੱਡੇ ਉਪਰਾਲੇ ਜਿਹੜੇ ਨੇ ਉਹ ਆਰੰਭ ਕੀਤੇ ਨੇ। ਅਸੀਂ ਬਹੁਤ ਵਿਸ਼ਵ ਪੱਧਰ 'ਤੇ ਜਿਹੜਾ ਸੁਲਤਾਨਪੁਰ ਲੋਧੀ ਧਰਤੀ ਦੇ ਉੱਤੇ 550 ਸਾਲਾ ਸ਼ਤਾਬਦੀ ਜਿਹੜੀ ਹੈ ਉਹ ਮਨਾਉਣ ਜਾ ਰਹੇ ਹਾਂ। ਇਹਦੇ ਵਿੱਚ ਮੈਂ ਸਮਝਦਾ ਸਭ ਨੂੰ ਹਿੱਸਾ ਪਾਉਣਾ ਚਾਹੀਦਾ, ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਵੀ, ਸੈਂਟਰ ਦੀ ਸਰਕਾਰ ਨੂੰ ਵੀ, ਸਾਨੂੰ ਸਾਰਿਆਂ ਨੂੰ ਇਹ ਜਿਹੜੀ ਹੈ ਸ਼ਤਾਬਦੀ ਮਿਲ ਕੇ ਵੱਡੀ ਪੱਧਰ 'ਤੇ ਸਾਰਿਆਂ ਨੂੰ ਮਨਾਉਣੀ ਚਾਹੀਦੀ। ਵੈਸੇ ਤਾਂ ਸਰਕਾਰ ਨੂੰ ਚਾਹੀਦਾ ਸਾਰਿਆਂ ਤਾਲਮੇਲ ਹੋ, ਲੇਕਿਨ ਅਸੀਂ ਸਮਝਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹਮੇਸ਼ਾ ਸਭ ਦਾ ਸਹਿਯੋਗ ਜਿਹੜੀ ਹੈ ਉਹ ਲਏਗੀ ਅਤੇ ਬਹੁਤ ਹੀ ਸ਼ਾਨਦਾਰ ਨਾਲ, ਬੜੀ ਧੂਮਧਾਮ ਨਾਲ, ਬੜੀ ਸ਼ਰਧਾ ਦੇ ਨਾਲ ਅਸੀਂ 550 ਸਾਲਾ ਜਿਹੜੀ ਹੈ ਸ਼ਤਾਬਦੀ ਮਨਾਵਾਂਗੇ। ਅਜੇ ਤੱਕ ਸਾਡੀ ਉਹਨਾਂ ਨਾਲ ਤਾਂ ਨਹੀਂ ਕੋਈ ਗੱਲ ਹੋਈ। ਡਾਕਟਰ ਬਿੰਦਰਜੀਤ ਕੌਰ ਨੇ ਹੁਣ ਸਾਰਿਆਂ ਨੇ ਇਹ ਮੰਗ ਹੁਣੀ ਅਸੀਂ ਡਿਸਕਸ ਕਰ ਰਹੇ ਸੀ, ਕੀਤੀ ਸੀ ਕਿ ਇਹ ਬਹੁਤ ਵੱਡੀ ਸਾਨੂੰ ਇਲਾਕੇ ਲੋੜ ਹੈ। ਸੋ ਆਉਣ ਵਾਲੇ ਸਮੇਂ 'ਚ ਅਸੀਂ ਆਪਣੀ ਮੀਟਿੰਗ ਦੇ ਵਿੱਚ ਵਿਚਾਰ ਕੇ ਕਿ ਕਿਉਂਕਿ ਇਸ ਧਰਤੀ ਦੇ ਤਾਂ ਜੋ ਵੀ ਕੁਝ ਕਰ ਸਕਦਾ ਉਨਾ ਹੀ ਥੋੜ੍ਹਾ ਹੈ ਸਾਡੇ ਲਈ, ਜੋ ਵੀ ਇਸ ਸੰਗਤ ਦੀ ਮੰਗ ਹੋਊਗਾ ਉਹਦੇ ਅਨੁਸਾਰ ਅਸੀਂ ਕੰਮ ਕਰਾਂਗੇ। ਕਿਉਂਕਿ ਜੋ ਪਿਛਲੇ ਸਾਲ ਨਿਯੁਕਤੀਆਂ ਹੋਈਆਂ ਨੇ ਔਰ ਉਹਦੇ ਵਿੱਚ ਸਾਨੂੰ ਕੁਝ ਸ਼ਿਕਾਇਤਾਂ ਆਈਆਂ ਸੀ, ਉਹਦੇ ਆਧਾਰ ਦੇ ਉੱਤੇ ਅਸੀਂ ਇੱਕ ਸਬ ਕਮੇਟੀ ਬਣਾਈ। ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਬਿਰਖ ਸਾਹਿਬ, ਉਹਨਾਂ ਦੀ ਅਗਵਾਈ ਦੇ ਵਿੱਚ ਉਹ ਸਬ ਕਮੇਟੀ ਬਣੀ ਸੀ। ਉਹਨਾਂ ਨੇ ਸਾਰੀ ਛਾਣਬਾਣ ਕੀਤੀ ਹੈ, ਉਹ ਸਾਰਾ ਦੇਖਿਆ ਅਤੇ ਉਹਨਾਂ ਜੋ ਸਹੀ ਅਤੇ ਨਿਯੁਕਤੀਆਂ ਉਹ ਛੱਡ ਕੇ ਜਿੱਥੇ ਉਹਨਾਂ ਨੂੰ ਕੋਈ ਕਮੀ ਪੇਸ਼ੀ ਲੱਗੀ ਉਹ ਸਾਰੀਆਂ ਦਾ ਰਿਪੋਰਟ ਜਿਹੜੀ ਹੈ ਉਹ ਸਾਡੀ ਅੰਤਰ ਕਮੇਟੀ ਦੇ ਵਿੱਚ ਪਿਛਲੇ ਦਿਨ ਪੇਸ਼ ਕੀਤੀ ਸੀ, ਉਹ ਅਸੀਂ ਪਾਸ ਕੀਤੀ ਹੈ ਜਿਹੜੀਆਂ ਕਮੀਆਂ ਪੇਸ਼ੀਆਂ ਨੇ। ਅਸੀਂ ਇਹ ਵੀ ਕਹਿੰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਜਿਹੜੀ ਹੈ ਇੰਟਰਵਿਊ ਵਗੈਰਾ ਪੂਰੇ ਪ੍ਰੋਸੀਜਰ ਦੇ ਨਾਲ ਸਾਰੀ ਇਹ ਨਿਯੁਕਤੀਆਂ ਕਰਾਂਗੇ। ਉਹਦੇ ਵਿੱਚ ਇਹ ਵੀ ਸ਼ਾਮਿਲ ਹੋ ਸਕਦੇ ਨੇ ਕਿਸੇ ਹੋਰ ਨੇ ਆਉਣਾ ਉਹ ਵੀ ਸ਼ਾਮਿਲ ਹੋਵਾਂਗੇ, ਪੂਰੀ ਪਾਰਦਰਸ਼ੀ ਨਾਲ ਜਿਹੜੀ ਅਸੀਂ ਉਹ ਨਿਯੁਕਤੀਆਂ ਕਰਾਂਗੇ। ਇਹ ਕਾਰਜ ਸੰਪੰਨ ਕੀਤਾ ਜਾਣਾ ਹੈ ਗੁਰੂ ਨਾਨਕ ਦੇ 550ਵਾਂ ਪ੍ਰਕਾਸ਼ ਉਤਸਵ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸ਼ਲਾਘਾਯੋਗ ਢੰਗ ਦੇ ਨਾਲ ਪਹਿਲਕਦਮੀ ਕੀਤੀ ਗਈ ਹੈ। ਪਰ ਇਸ ਕਾਰਜ ਦੇ ਵਿੱਚ ਅਸੀਂ ਪੰਜਾਬ ਸਰਕਾਰ ਤੋਂ ਵੀ ਅਤੇ ਕੇਂਦਰ ਸਰਕਾਰ ਤੋਂ ਵੀ ਲੋੜੀਂਦੀ ਸਹਾਇਤਾ ਲੈਣੀ ਹੈ ਔਰ ਤਿੰਨੇ ਧਿਰਾਂ ਨੇ ਰਲ ਕੇ ਉਸ ਮਹਾਨ ਦਾਤੇ ਪ੍ਰਤੀ ਆਪਣੀ ਸ਼ਰਧਾ ਨੂੰ ਪ੍ਰਗਟਾਉਂਦੇ ਹੋਏ ਲੋੜੀਂਦੇ ਕਾਰਜ ਸੰਪੰਨ ਕਰਨੇ ਨੇ ਤਾਂ ਜੋ ਅਸੀਂ
ਸੰਗਤਾਂ ਦੇ ਪ੍ਰੇਮ ਦੇ ਅਨੁਰੂਪ, ਸੰਗਤਾਂ ਦੀ ਭਗਤੀ ਭਾਵਨਾ ਦੇ ਅਨੁਰੂਪ ਇਸ ਕਾਰਜ ਨੂੰ ਯੋਗ ਢੰਗ ਦੇ ਨਾਲ ਪੂਰਾ ਕਰ ਸਕੀਏ। ਕਪੂਰਥਲਾ ਤੋਂ ਇੰਦਰਜੀਤ ਸਿੰਘ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।